अस्सलाम वालेकुम फ्रेंड्स, मैं उम्मीद करता हूँ कि आप सब खैरियत से होंगे। तो आज आपको एक ऐसे शख्स से मिलाने जा रहा हूँ कि जो संतरे का जो है नर्सरी लगा रहा है, तो आइए उससे मिलते हैं और कुछ जानकारी लेते हैं। अस्सलाम वालेकुम। वालेकुम सलाम जी, क्या हाल है थोड़े? जवान अल्लाह दा शान है, तुसी सुनाओ जी? बस अल्लाह दा शुक्र है जी। ते बाबा जी, तुसी केड़े ला रहे हो जे बूटे? ए जी किन्नू है। किन्नू है जी? अच्छा, ते जड़े किन्नू दे बूटे ने तुसी आप तैयार करदे हो घर विच? जी खुद तैयार करदे हां। अच्छा जी, ते किवें तैयार करने दा तरीका कार है? असि जी ये गड़दे हां, बी खट्टी दा कढ के जी उस नु बीन फिर गड़दे हां। अच्छा, गड़ के मोड़ उसकी पंडीरी बनती है। अच्छा जी, पंडीरी बना के उम्र बड़ी होती है जी, बड़ी हो रहा है उस फोड़ के अगर लेने आ। अच्छा जी, ला के ते उस ता फिर जिस चार चार फुट हो रहा है ना, त्रै त्रै उस वे उस असी प्यौन चढ़ाने। अच्छा जी, हाँ किन्नों की चाड़नी हो, फीटर की चाड़नी हो, जी चीज पहले बूटा है होर होंदा बाद जी तुसी बाद च होर होंदा? अच्छा, होर खट्टी ते प्यौन कर गया। अच्छा जी, करके तो उस ता प्यौन चाड़ी। सही, फिर उम्र साल उत्थे ओ 6 महीने उत्थे खड़ा रहंदा, 6 महीने तो बाद ओदी उत्तों कट करेने आ जी, अक थल्ले रह पैंदी आ जी, ते उत्थो शाख टुटदी आ जी, टुटके ते ओ फिर बूटा तैयार होंदा। अच्छा, कितना माह विच तैयार हो विंदा जी? ए जी 2 साल विच तैयार होंदा। 2 साल विच तैयार हो विंदा, अगा लाण आला? लाण आला हो विंदा। अच्छा, ते दलान दा तरीका कार के जी? तरीका जी एदा है, असी ਜਿਹੜਾ ਅੱਗੇ ਬਾਗ ਲੈਂਦੇ ਆਸੇ ਜੀ ਉਹ 20 ਫੁੱਟ ਤੋਂ ਲੈਂਦੇ ਆਸੇ ਜੀ, ਜਿਹੜਾ ਨਜ਼ਦੀਕ ਲਾਉਣ ਹੋਵੇ ਉਹ ਅਸੀਂ 16 ਫੁੱਟ ਤੋਂ ਲੈਂਦੇ ਹਾਂ। ਅੱਛਾ ਜੀ ਜੀ। ਅੱਛਾ ਬਾਬਾ ਜੀ, ਇਹ ਕਿਹੜੇ ਮੌਸਮ 'ਚ ਲਾਏ ਜਾਂਦੇ ਨੇ? ਇਹ ਲਾਏ ਜਾਂਦੇ ਜੀ ਕੱਤੇ ਦੇ ਮੌਸਮ ਵਿੱਚ। ਕੱਤੇ ਦੇ ਮੌਸਮ ਵਿੱਚ ਜੀ? ਸਹੀ ਹੈ। ਅਤੇ ਇਹ ਕਿਤਨੇ ਜੇ ਹੈਗਾ ਜਿਸ ਟਾਈਮ ਤੁਸੀਂ ਪੱਟ ਕੇ ਲਾਉਂਦੇ ਹੋ, ਇਹ ਕਿਤਨੇ ਅਰਸੇ ਵਿੱਚ ਤਿਆਰ ਹੋ ਜਾਂਦਾ ਫਲ ਚੁੱਕਣ ਵਾਲਾ? ਇਹ ਤੀਸਰੇ ਸਾਲ ਵਿੱਚ ਫਲ ਚੁੱਕਦਾ। ਤੀਸਰੇ ਜੀ ਸਾਲ ਵਿੱਚ ਫਲ ਚੁੱਕਦਾ? ਫਲ ਚੁੱਕਦਾ। ਅਤੇ ਇਹਦੇ 'ਤੇ ਮੁੜ ਕੇ ਕੁਝ ਮਿਹਨਤ ਕਰਦੇ ਹੋ ਤੁਸੀਂ? ਮਿਹਨਤ ਦੀ ਇਹ ਹੁੰਦੀ ਇਸ ਦੀ ਮਤਲਬ ਹਿਫਾਜ਼ਤ ਹੁੰਦੀ ਹੈ, ਤਿੜਕ ਪਾਣੀ ਇਹਦੀ ਵੇਖ ਰੱਖਣਾ, ਹਿਫਾਜ਼ਤ ਕਰਨੀ ਆ ਜੀ, ਇਸਨੂੰ ਮਤਲਬ ਸੁੱਕਣ ਨਹੀਂ ਦੇਣਾ, ਇਸਨੂੰ ਤਾਜ਼ਾ ਰੱਖਣਾ, ਰੱਖ ਕੇ ਅਤੇ ਉਸ ਤੋਂ ਅੱਗੇ ਮੁੜ ਜਾ ਕੇ ਇਹ ਤੀਸਰੇ ਸਾਲ ਵਿੱਚ ਜਾ ਕੇ ਇਹ ਫੁੱਲ ਕੱਢਦਾ। ਅੱਛਾ, ਫੱਗਣ ਵਿੱਚ ਜਾ ਕੇ, ਫੱਗਣ ਦੇ ਮਹੀਨੇ 'ਚ ਇਹ ਫੁੱਲ ਕੱਢਦਾ, ਚੇਤਰ ਮੁਕੰਮਲ ਇੱਦਾਂ ਫੁੱਲ ਹੋ ਪੈਂਦਾ। ਅੱਛਾ, ਅਤੇ ਚੇਤਰ ਵਿੱਚ ਇਹ ਮੁੜ ਅੱਗੋਂ ਰੋੜੀ ਬਣਾਉਣ ਲੱਗ ਪਾਉਂਦਾ, ਮਾਲਟਾ ਬਣਨ ਲੱਗ ਪਾਉਂਦਾ। ਅੱਛਾ ਜੀ ਜੀ। ਅੱਛਾ, ਹੁਣ ਤਾਂ ਕਾਫੀ ਸਾਰੇ ਵੇਖਣ ਬਾਗ ਦੇ ਕਿਨੂੰ ਦੇ ਉਹ ਤਿਆਰ ਹੋਏ, ਤਕਰੀਬਨ ਤਿਆਰ ਹੋਣਾ 10 ਦਿਨਾਂ ਤੱਕ ਜੇ ਤਿਆਰ ਹੋ ਜਾਣਾ ਫੁੱਲ ਜੀ, ਅਤੇ ਇਸ ਟਾਈਮ ਕੱਚਾ ਮਾਲਟਾ ਜੀ ਜੀ, ਅਤੇ ਇਹ ਇਸ ਮੌਸਮ 'ਚ ਹੁਣ ਲਾਏ ਜਾਂਦੇ ਨੇ ਜੀ? ਇਹ ਕੱਤੇ ਲਾਏ ਜਾਂਦੇ ਨੇ, ਉਂਝ ਸਾਉਣ ਤੋਂ ਸ਼ੁਰੂ ਹੋ ਜਾਂਦੇ ਨੇ ਲਾਉਣ, ਜਿਹੜੇ ਵੱਡੇ ਬਾਗ ਹੁੰਦੇ ਨੇ ਉਹਨਾਂ 'ਚ ਨਾਗੇ ਲਾਉਣੇ ਹੁੰਦੇ ਨੇ, ਜਿਹੜੇ ਮਰ ਵੇਂਦੇ ਨੇ ਬੂਟੇ ਉੱਥੇ ਫਿਰ ਨਾਗੇ ਲਾਏ, ਅਤੇ ਸਾਉਣ ਤੋਂ ਸ਼ੁਰੂ ਹੋ ਗਏ, ਹੁਣ ਅਸਾਂ ਇਹ ਮੱਘਰ ਤਾਈਂ ਮਤਲਬ ਬਾਗ ਲੱਗਦੇ ਰਹਿਣੇ। ਸਹੀ ਹੈ ਜੀ ਜੀ, ਸਹੀ ਹੈ। ਅਤੇ ਇਹਦੇ ਜੇ ਹੈ ਕਿਦਾਂ ਜਿਸ ਟਾਈਮ ਪਹਿਲੇ ਲਾਉਣਾ ਬੂਟਾ ਉਸ ਟਾਈਮ ਇਸਦੇ ਤਕਰੀਬਨ ਕਿੰਨੇ ਦਿਨ ਬਾਅਦ ਪਾਣੀ ਲਾਇਆ ਜਾਂਦਾ? ਇਸਨੂੰ ਤੀਸਰੇ ਡੰਗ ਪਾਣੀ ਜ਼ਰੂਰੀ ਹੈ। ਤੀਸਰੇ ਡੰਗ? ਤੀਸਰੇ ਡੰਗ, ਇਉਂ ਜੇ ਜ਼ਮੀਨ ਖੁਸ਼ਕ ਨਾ ਹੋਵੇ। ਸਹੀ ਹੈ, ਇਹ ਜ਼ਮੀਨ ਮਤਲਬ ਗਿੱਲੀ ਰਹੇ। ਅੱਛਾ, ਤੁਸੀਂ ਕਿੰਨੇ ਕਿੱਲੇ ਲਾ ਰਹੇ ਹੋ? ਕਿੱਲੇ ਵਿੱਚ ਜੀ ਹੁਣ ਤਾਂ ਅੱਗੇ ਪਹਿਲੇ ਲੈਂਦੇ ਆ ਅਸੀਂ 100 ਬੂਟਾ ਜੀ, ਹੁਣ ਅਸੀਂ 80 ਵੀ ਲੈਂਦੇ ਹਾਂ ਜੀ, ਅਤੇ ਜੇ ਹੁਣ ਬਣਿਆ ਨਾਲ ਜ਼ਿਮੀਦਾਰ ਰੁੱਖ ਸਾਫ਼ ਕਰਾ ਕੇ ਬਣਿਆ ਤਾਂ ਲੈਂਦੇ ਨੇ, ਹੁਣ 200 ਬੂਟਾ ਵੀ ਕਿੱਲੇ ਤਿਆਰ ਕਰ ਲੈਂਦੇ ਜੀ ਜੀ। ਅੱਛਾ ਜੀ, ਅਤੇ ਇਹਦਾ ਜਿਹੜਾ ਹੈ ਕਿਤਨਾ ਕੋਈ ਫਸਲ ਵਗੈਰਾ ਨੁਕਸਾਨ ਤਾਂ ਨਹੀਂ ਆਉਂਦਾ? ਫਸਲ ਇਹ 3 ਸਾਲ ਤਾਂ ਇਹ ਫਸਲ ਦਿੰਦਾ ਜ਼ਮੀਨ, ਤੀਸਰੇ ਸਾਲ ਬਾਗ ਮੁਕੰਮਲ ਹੋ ਜਾਂਦਾ, ਫਲ ਵਾਲਾ ਹੋ ਜਾਂਦਾ। ਸਹੀ, ਉਸ ਵੇਲੇ ਫਾ ਜਿਹੜੇ ਫਸਲ ਹੈ ਉਹ ਘੱਟ ਹੋਣ ਲੱਗ ਪੈਂਦੀ ਹੈ। ਸਹੀ ਹੈ, ਅੱਗੋਂ ਮੁੜ ਜ਼ਿਮੀਦਾਰ ਇਤਨਾ ਹੀ ਕਰਿੰਦੇ ਨੇ ਬਾਏ, ਇਹ ਕੋਈ ਵੀ ਛਪਤਲ ਛੁਪਤਲ ਸਰਦੀਆਂ ਵਾਲੇ ਪੱਠੇ ਕੱਢ ਛੱਡੇ, ਉਹਨਾਂ ਦਾ ਨੁਕਸਾਨ ਉਹ ਕੋਈ ਨਹੀਂ ਕਰਿੰਦੇ ਬਾਗ ਦਾ। ਸਹੀ, ਅਤੇ ਜਿਹੜੇ ਮਕਈ ਬਾਜਰੇ ਜੇ ਇਹ ਵਗੈਰਾ ਚੀਜ਼ਾਂ ਹਨ ਨਾ, ਇਹ ਬਾਗ ਦਾ ਨੁਕਸਾਨ ਕਰਦੀਆਂ ਨੇ, ਉਹ ਨਹੀਂ ਕੱਢਦੇ, ਸਰਦੀਆਂ ਵਾਲਾ ਪੱਠਾ ਕੱਢਦੇ ਨੇ, ਗਰਮੀਆਂ ਵਾਲਾ ਨਹੀਂ ਕੱਢਦੇ। ਅੱਛਾ ਬਾਬਾ ਜੀ, ਇਹਦੇ ਵਿੱਚ ਕਿਹੜੀ ਕਿਹੜੀ ਫਸਲ ਲਾਈ ਜਾਂਦੀ ਹੈ ਇਸ ਬਾਗ ਦੇ ਵਿੱਚ? ਇਹਦੇ ਵਿੱਚ ਪੁੱਤਰ ਫਸਲ ਸਰਦੀਆਂ ਵਾਲੀ ਜਿਹੜੀ ਆ ਤੋਰੀਆ ਅਰਿਓ ਜੀ, ਇਹ ਦੋਵੇਂ ਚੀਜ਼ਾਂ ਉੱਤੋਂ ਬਰਸਨ ਸੱਟਦੇ ਨੇ। ਸਹੀ, ਬਰਸਨ ਸੱਟ ਕੇ ਅਤੇ ਉਹ ਤਿੰਨਾਂ ਚੀਜ਼ਾਂ ਰਲ ਕੇ ਮੁਕੰਮਲ ਹੋ ਗਈਆਂ ਨੇ ਜੀ, ਉਹ ਜ਼ਿਮੀਦਾਰ ਵੱਢ ਲੈਂਦੇ ਨੇ, ਮਾਲ ਨੂੰ ਪਾ ਦਿੰਦੇ ਨੇ, ਪਿੱਛੋਂ ਬਰਸਨ ਜਿਹੜਾ ਉਹ ਸਰਦੀਆਂ ਪੂਰਾ ਹੁੰਦਾ ਜੀ, ਉਹ ਜਾ ਕੇ ਵਿਸਾਖ ਨੂੰ ਨੇੜੇ ਹੋ ਜਾ ਕੇ ਉਹ ਖਤਮ ਹੁੰਦਾ ਜੀ, ਉਸ ਵੇਲੇ ਜ਼ਮੀਨ ਉਹ ਵਾਹ ਛੱਡਦੇ ਨੇ ਫਿਰ ਜੀ। ਅੱਛਾ, ਅਤੇ ਇਹ ਤੁਸੀਂ ਕਿਤਨੇ ਏਕੜ ਵਿੱਚ ਲਾ ਰਹੇ ਹੋ? ਇਹ ਜੀ ਅਸੀਂ ਕਿੱਲੇ ਵਿੱਚ 100 ਬੂਟਾ ਲਾ ਰਹੇ ਹਾਂ। ਅੱਛਾ ਜੀ, ਏਕੜ ਵਿੱਚ ਮੇਰੇ ਖਿਆਲ ਹੈ ਵਧਣਾ ਹੀ ਹੈ, ਘਟਣਾ ਨੇ ਜੀ, ਕਿਉਂ
ਸਾਡੇ ਮੁਲਕ ਵਿੱਚ ਫੈਕਟਰੀਆਂ ਬਹੁਤ ਬਣ ਚੁੱਕੀਆਂ ਨੇ ਜੀ, ਮਾਲਟਾ ਬਾਹਰ ਪੈਂਦਾ ਜੀ, ਇੱਥੋਂ ਮਤਲਬ ਪਾਲਿਸ਼ ਹੋ ਕੇ ਤਿਆਰ ਹੋ ਕੇ ਮਾਲਟਾ ਬੰਦ ਕਰਿੰਦੇ ਨੇ ਕਰਕੇ ਪੇਟੀਆਂ ਵਿੱਚ ਅਤੇ ਉਹ ਕੰਟੇਨਰਾਂ ਲਦੀ ਕੇ ਬਾਹਰ ਪੈਂਦਾ, ਇਸ ਤੋਂ ਮਤਲਬ ਮਾਲਟੇ ਨੂੰ ਚੰਗੇ ਹੀ ਮਤਲਬ ਰੇਟ ਲੱਗ ਪੈਂਦੇ ਨੇ ਜੀ। ਅੱਛਾ ਬਾਬਾ ਜੀ, ਤੁਹਾਡਾ ਬੜਾ ਸ਼ੁਕਰੀਆ, ਤੁਸੀਂ ਬੜਾ ਜਿਹਾ ਸਾਡੇ ਨਾਲ ਤਾਰਫ ਕੀਤਾ ਅਤੇ ਬੜਾ ਤੁਹਾਡਾ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਾਡੇ ਨਾਜ਼ਰੀਨ ਨੂੰ ਕੁਝ ਆਖਣਾ ਚਾਹੋਗੇ ਇਸ ਕਾਰੋਬਾਰ ਦੇ ਬਾਰੇ 'ਚ ਜੀ? ਤੁਹਾਡੀ ਬਹੁਤ ਮਿਹਰਬਾਨੀ ਬੱਚਿਆ, ਜਿਹੜਾ ਤੁਸੀਂ ਤਸ਼ਰੀਫ ਸਾਡੇ ਕੋਲ ਆਇਆ, ਸਾਡਾ ਕਾਰੋਬਾਰ ਵੇਖਿਆ, ਸਾਡੀ ਤਿਆਰੀ ਵੇਖੀ ਹੈ, ਅਸੀਂ ਬਹੁਤ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਅਤੇ ਤੁਹਾਡੀ ਮਿਹਰਬਾਨੀ ਸਾਡਾ ਇਸ ਤੋਂ ਅੱਗੇ ਕਾਰੋਬਾਰ ਮਤਲਬ ਤੁਸੀਂ ਇਹ ਪੈਗਾਮ ਪਹੁੰਚਾਉਣਾ ਜਿੱਥੋਂ ਜਿੱਥੋਂ ਤਾਂ ਅਪੜ ਸਕੀ, ਤੁਹਾਡੀ ਇਹ ਬਹੁਤ ਮਿਹਰਬਾਨੀ। ਸਾਡੇ ਨਾਜ਼ਰੀਨ ਨੂੰ ਕੋਈ ਦੱਸਣਾ ਚਾਹੋਗੇ ਇਸ ਕਾਰੋਬਾਰ ਦੇ ਵਿੱਚ ਅੱਛਾ ਹੈ ਕਿ ਬੁਰਾ ਹੈ? ਬਿਲਕੁਲ ਦੱਸਾਂਗਾ, ਇਸ ਦਾ ਜੀ ਬਹੁਤ ਆਮਦਨ ਅੱਛੀ ਹੈ ਜੀ, ਪੈਸਾ ਚੰਗਾ ਮਿਲਦਾ ਹੈ, ਸਹੀ ਹੈ, ਮੁੜ ਇਹ ਹੈ ਆਜ਼ਾਦੀ ਦਾ ਪੈਸਾ ਹੈ ਜੀ, ਇਹਦੇ ਜੀ ਤਕਲੀਫ ਨਹੀਂ। ਅੱਛਾ ਜੀ, ਇਹਦੇ 'ਚ ਇਤਨੀ ਹੈ ਬਾ, ਇਹਦੇ ਹਲ ਸ਼ਲ ਚੰਗੇਰੇ ਟਰੈਕਟਰ ਨਾਲ ਚਲਾਉਣਾ ਪਾਉਂਦੇ ਨਾ ਅਤੇ ਇਹਦੇ 'ਚ ਫਸਲ ਗੱਟ ਗੱਡਣਾ ਪਾਉਂਦੀ ਆ ਅਤੇ ਜਿਤਨਾ ਇਸ ਦੀ ਹਿਫਾਜ਼ਤ ਕਰੀਏ ਉਤਨਾ ਪੈਸਾ ਜ਼ਿਆਦਾ ਦਿੰਦਾ। ਸਹੀ ਹੈ। अच्छा दोस्तों, आपने वीडियो देखी, हमने बाबा से इंटरव्यू किया, उन्होंने बहुत अच्छी बातें बताई हैं कि ये जो है संतरे का जो बाग है उसके बागात हैं वो बहुत ही अच्छे फ़ायदेमंद हैं। तो अगर वीडियो अच्छी लगी हो तो लाइक कमेंट कर देना, मेरे चैनल को ज़रूर सब्सक्राइब कीजिएगा और जो साथ बेल है उसको लाजमी प्रेस कर दीजिएगा ताकि हर वीडियो की नोटिफिकेशन आपको टाइम पर मिल सके। तो अपना रखिए ख्याल, तब तक दीजिए, तो अल्लाह हाफिज़।